ਕੀ ਹਾਲ ਚਾਲ ਹੈ? ਸਭ ਖੈਰੀਅਤ ਨਾਲ ਹੋ? ਆਹ ਜੀ ਗੱਡੀ ਫਾਰ ਸੇਲ ਹੈ, 20 ਮਾਡਲ ਹੈ, ਗੁੱਡ ਕੰਡੀਸ਼ਨ ਹੈ, ਤੇ ਤੁਹਾਨੂੰ ਇਹਦਾ ਵਿਜ਼ਿਟ ਕਰਾਉਣਾ ਹੈ। ਆਹ ਸਟਾਰਟਅਪ ਐਵਰੇਜ ਜਾਂਦਾ ਕਿਤਨੀ ਹੈ? ਐਵਰੇਜ ਤਕਰੀਬਨ ਇਹ 17-18 ਕਿਲੋਮੀਟਰ ਚੱਲ ਜਾਂਦਾ ਤੇ ਨੰਬਰ ਪੰਜਾਬ ਦੇ ਲਾਹੌਰ ਦਾ ਨੰਬਰ। ਲੱਗਿਆ ਹੋਇਆ, ਪੰਜਾਬ ਲਾਹੌਰ ਦਾ ਜੀ, ਗੁੱਡ ਕੰਡੀਸ਼ਨ ਹੈ, ਕੋਈ ਟਚਿੰਗ ਨਹੀਂ, ਕੋਈ ਕੁਛ ਨਹੀਂ ਜੀ, ਗੱਡੀ ਬਿਲਕੁਲ ਓਕੇ। ਨੰਬਰ ਲੱਗਿਆ ਹੋਇਆ, ਸਮਾਰਟ ਕਾਰਡ ਵੀ ਬਣਿਆ ਹੋਇਆ, ਬੈਟਰੀ ਡੈਡ ਹੋ ਗਈ ਸੀ, ਉਹ ਨਵੀਂ ਪਵਾਈ ਹੈ, ਤੇ ਤੁਹਾਨੂੰ ਪੂਰੀ ਗੱਡੀ ਦਾ ਵਿਜ਼ਿਟ ਕਰਾਉਣਾ ਹੈ ਜੀ। ਵਿਜ਼ਿਟ ਕਰਾਓ, ਅੰਦਰੋਂ ਦਾ ਵਿਜ਼ਿਟ ਕਰਾਉਣਾ ਹੈ। ਏਸੀ ਵੀ ਠੀਕ ਹੈ, ਬਿਲਕੁਲ ਕੂਲਿੰਗ ਦਾਨਟੋਕ ਅੱਛੀ ਕਰਦਾ ਹੈ। ਤੇ ਜ਼ਬਰਦਸਤ, ਸਹੀ, ਸ਼ਾਵਰ ਵਗੈਰਾ ਤਾਂ ਨਹੀਂ ਕਿਸੇ ਪਾਸੋਂ? ਕਦੋਂ ਨੂੰ ਵੀ ਕੋਈ ਨਹੀਂ, ਸਹੀ, ਟੋਟਲ ਆਦੇ ਰੰਗ ਰੂਪ ਦੇ ਵਿੱਚ ਠੀਕ। ਅੱਛਾ ਜੀ, ਤੇ ਕੈਮਰਾ ਵੀ ਬੈਕ ਲੱਗਿਆ ਹੋਇਆ ਜੀ, ਬਿਲਕੁਲ ਯਾਨੀ ਅੱਛੀ ਕੰਡੀਸ਼ਨ ਦੀ ਗੱਡੀ ਹੈ। ਆਹ ਤੁਹਾਨੂੰ ਅੰਦਰੋਂ ਵਿਜ਼ਿਟ ਕਰਾਉਂਦੇ ਹਾਂ। ਸਰਵਿਸ ਹੋਣ ਵਾਲੀ ਹੈ ਗੱਡੀ ਦੀ? ਹਾਂ, ਸਰਵਿਸ ਹੋਣ ਵਾਲੀ ਹੈ। ਏਸੀ ਵੀ ਚੱਲ ਹੈ ਜੀ, ਐਲਸੀਡੀ ਵੀ ਲੱਗੀ ਹੋਈ ਹੈ, ਤਕਰੀਬਨ ਸਾਰਾ ਕੰਮ ਠੀਕ ਹੋਇਆ ਹੋਇਆ। ਡਿੱਗੀ ਖੋਲ ਕੇ ਵਿਖਾਓ, ਡਿੱਗੀ ਚੈੱਕ ਕਰਾਓ। ਚੈੱਕ ਕਰਾਓ ਪੂਰੀ, ਬਿਲਕੁਲ ਜੈਨੂਅਨ ਆਪਣੀ ਹੈ, ਲੱਗੀ ਹੋਈ ਕੋਈ ਨਹੀਂ, ਬਿਲਕੁਲ ਹਾਰਨ ਵੀ ਲੱਗਿਆ ਹੋਇਆ। ਸਹੀ ਹੋ ਗਿਆ ਜੀ, ਐਲਸੀਡੀ ਚਲਦੀ ਹੈ? ਹਾਂ ਚਲਦੀ ਹੈ ਜੀ, ਐਲਸੀਡੀ ਚਲਦੀ ਹੈ। ਬਲੂਟੁੱਥ ਵੀ ਸਿਸਟਮ ਹੈ ਜੀ ਐਲਸੀਡੀ ਚ, ਮੋਬਾਈਲ ਨਾਲ ਵੀ ਕਨੈਕਟ ਹੋ ਜਾਂਦੇ, ਨੈਟ ਵਗੈਰਾ ਵੀ ਚੱਲਦਾ ਹੈ। ਬੇਸ ਵੀ ਅੱਛੀ ਹੈ, ਸਪੀਕਰ ਵੀ ਸਹੀ ਲੱਗੇ, ਤਕਰੀਬਨ ਸਾਰਾ ਸਿਸਟਮ ਠੀਕ ਹੈ ਜੀ। ਗੱਡੀ ਚੱਲ ਰਹੀ ਹੈ, ਸਿਸਟਮ ਤੁਹਾਡੇ ਸਾਹਮਣੇ, ਬੇ ਆਵਾਜ਼ ਹੈ, ਕੋਈ ਆਵਾਜ਼ ਨਹੀਂ। ਜ਼ਰਾ ਓਕੇ ਕੈਮਰਾ ਜੀ, ਇੱਧਰ ਲਿਆਵਾਂ ਯਾਰ, ਆ ਵੇਖ ਲੈਣਾ ਯਾਰ, VX ਐਲ ਗੱਡੀ ਹੈ, VXL ਵੈਗਨਾਰ ਗੱਡੀ ਹੈ ਜੀ। ਅੱਛਾ ਜੀ, ਤੇ ਹੁਣ ਮੀਟਰ ਇਹਨੂੰ ਦਿਖਾਓ ਕਿਤਨਾ ਚੱਲਿਆ ਹੋਇਆ। ਦਿਖਾ ਕੈਮਰਾ ਮੈਂ, ਜ਼ੂਮ ਕਰ ਦੇ, ਤਕਰੀਬਨ ਇਤਨੀ ਚੱਲੀ ਵੀ ਨਹੀਂ ਹੈ ਗੱਡੀ, ਅੱਛੀ ਕੰਡੀਸ਼ਨ ਪਈ ਹੈ, ਜੈਨੂਇਨ ਕੰਡੀਸ਼ਨ ਪਈ ਹੈ। ਇਸ ਟਾਈਮ ਸਟਾਰਟ ਗੱਡੀ ਖਲੀ, ਕੋਈ ਆਵਾਜ਼ ਨਹੀਂ, ਕੋਈ ਕੁਛ ਨਹੀਂ, ਤੇ ਪ੍ਰਾਈਸ ਵੀ ਤਕਰੀਬਨ ਇਹਦੀ ਮਕੂਲ ਹੈ, ਇਤਨੀ ਜ਼ਿਆਦਾ ਜਿਹੜੀ ਕੀਮਤ ਵੀ ਨਹੀਂ ਹੈ, ਜੈਨੂਇਨ ਗੱਡੀ ਹੈ। ਤੇ ਅਗਰ ਕਿਸੇ ਨੇ ਲੈਣੀ ਹੈ ਤਾਂ ਰਾਬਤਾ ਕਰ ਸਕਦਾ ਹੈ, ਤਕਰੀਬਨ ਬਹੁਤ ਹੀ ਮਕੂਲ ਪ੍ਰਾਈਸ ਹੈ, ਤੁਹਾਨੂੰ ਇਹ ਮਿਲ ਜਾਏਗੀ ਫਾਈਨਲ ਟੂ ਫਾਈਨਲ 28.5 ਲੱਖ ਰੁਪਏ ਦੀ ਕੈਸ਼।
ਕੈਸ਼ ਟੂ ਕੈਸ਼ ਮਿਲ ਜਾਏਗੀ, ਲੇਕਿਨ ਅਗਰ ਪਿਆਰ ਮੁਹੱਬਤ ਹੋ ਜਾਏਗਾ, ਅਗਰ ਕੋਈ ਬਾਲਣ ਲੈਣ ਹੈ ਤੇ ਡਿਸਕ੍ਰਿਪਸ਼ਨ ਚ ਅਸੀਂ ਨੰਬਰ ਦੇ ਦਿੰਦੇ ਹਾਂ ਆਪਣਾ, ਤੇ ਰਾਬਤਾ ਕਰ ਸਕਦੇ ਹੋ। ਜਜ਼ਾਕ ਅੱਲਾ। ਦੇਖੋ ਜੀ, ਗੱਡੀ ਚੱਲਣ ਨੂੰ ਵੀ ਠੀਕ ਹੈ ਜੀ, ਕੋਈ ਮਸਲਾ ਨਹੀਂ। ਅੱਗੇ ਪਿੱਛੇ ਦਿਨ ਚੈੱਕ ਕਰਾ ਰਹੇ ਹਾਂ, ਜੋ ਭਾਈ ਲੈਣਾ ਚਾਹੇ ਰਾਬਤਾ ਕਰ ਸਕਦਾ। ਚੱਲ ਬਸ ਜੀ, ਬੋਨਟ ਮੇਰਾ ਸ਼ਾਇਦ ਸਹੀ ਨਹੀਂ ਲੱਗਿਆ। ਬੋਨਟ ਹਜੇ ਲੱਗਾ ਹੀ ਕੋਈ, ਖੁੱਲ੍ਹਾ ਹੈ।